ਮੈਨੂੰ ਤੁਹਾਡੇ ਬਹੁਤ ਫੋਨ ਵੀ ਆਉਂਦੇ ਈਮੇਲ ਵੀ ਆਉਂਦੇ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਦਾ ਹੈ ਸਾਡੇ ਇਸ ਪ੍ਰੋਗਰਾਮ ਚ ਹਮੇਸ਼ਾ ਸਾਡੇ ਨਾਲ ਸਾਡੇ ਨਿਰਵੀਰ ਪਾਈ ਸਾਹਿਬ ਜੀ ਜਿਹੜੇ ਇਹਨ ਸਭ ਪ੍ਰਸ਼ਨਾਂ ਦਾ ਹੱਲ ਦੇਣ ਵਾਸਤੇ ਅਨੁਭਵ ਮੂਰਤੀ ਆ ਆਈਏ ਸਵਾਗਤ ਕਰਦੇ ਹਾਂ ਸਾਡੇ ਨਿਰਵੀਰ ਪਾਈ ਸਾਹਿਬ ਦਾ ਇਸ ਕਰਤਾ ਪੁਰਖ ਚ ਪਾਜੀ ਤੁਹਾਡਾ ਇਸ ਕਾਰਜਕ੍ਰਮ ਚ ਬਹੁਤ ਬਹੁਤ ਸਵਾਗਤ ਆ ਬਹੁਤ ਬਹੁਤ ਧੰਨਵਾਦ ਜੀ ओम शांति ओम शांति सत श्री अकाल हां जी फरमाओ कि उका பாਜੀ ਅੱਜ ਪ੍ਰਸ਼ਨ ਛੱਡ ਕੇ ਮੈਂ ਤੁਹਾਨੂੰ ਤੁਹਾਡੇ ਵਰਗੋ ਇੱਕ ਪ੍ਰਸ਼ਨ ਇਹ ਪੁੱਛਣਾ ਚਾਹੁੰਦੀ ਆ ਕਿ ਤੁਸੀਂ ਸਾਨੂੰ ਮਮਾ ਦਾ ਅਨੁਭਵ ਸੁਣਾਇਆ ਤੇ ਬ੍ਰਹਮਾਵਾਵਾ ਦਾ ਵੀ ਸੁਣਾਇਆ ਤੇ ਦਾਦੀ ਪ੍ਰਕਾਸ਼ਮਣੀ ਨਾਲ ਤੁਸੀਂ ਆਪਣੇ ਦਿਨ ਬਿਤਾਏ ਉਸ ਸਮੇਂ ਦਾ ਕੀ ਅਨੁਭਵ ਹੈ ਤੁਹਾਡਾ ਬੜੀ ਲੰਬੀ ਕਹਾਣੀ ਹੈ ਜੀ ਐਸੀ ਸੁਣਨੇ ਨੂੰ ਤਿਆਰ ਹੈ ਅੱਛ 63 1959 ਜੀ 1959 ਦੀ ਗੱਲ ਹੈ ਜੀ ਅਕਤੂਬਰ ਨਵੰਬਰ ਦੇ ਦਿਨ ਸੀ ਜੀ ਤੇ ਮੈਨੂੰ ਅਜੇ ਮੁਸ਼ਕਿਲ ਨਾਲ 6-7 ਮਹੀਨਾ ਹੀ ਹੋਏ ਸੀ ਗਿਆਜ ਉਹਨਾਂ ਦਿਨਾਂ 'ਚ ਬ੍ਰਹਮਾ بابا ਅਸੀਂ ਬਾਬਾਈ ਕਹਿੰਨੇ ਵੈਸੇ ਤੇ ਪਿਤਾ ਸ੍ਰੀ ਬ੍ਰਹਮਾ بابا ਜੀ ਉਹ ਬੰਬੇ 'ਚ ਆਏ ਹੋਏ ਸੀ ਕਿਉਂਕਿ ਉਹਨਾਂ ਦਿਨਾਂ 'ਚ ਮਾਊਂਟ ਆਬੂ ਤੇ ਸਰਦੀਆਂ 'ਚ ਠੰਡ ਬਹੁਤ ਹੁੰਦੀ ਸੀ ਜੀ ਤੇ ਸਰਦੀ ਦੇ ਮੌਸਮ 'ਚ ਕੋਈ ਬਾਰਾ ਇਤਨਾ लोग ਨਹੀਂ ਸੀ ਆਉਂਦੇ ਤੇ ਬਾਬਾ ਇਸ ਕਰਕੇ ਬਾਬਾ ਵੀ ਮम्मा ਵੀ ਦਾਦੀਆਂ ਵੀ ਉਹਨਾਂ ਦੇ ਪ੍ਰੋਗਰਾਮ ਸੇਵਾ ਵਾਸਤੇ ਬਾਹਰ ਅਲੱਗ-ਅਲੱਗ ਏਰੀਆ 'ਚ ਹੁੰਦੇ ਸੀ ਜੀ ਇਹ ਜਾਣਦੇ ਆਂ ਸੀ ਕਿ ਬੰਬੇ ਦੀ ਜਿਹੜੀ ਕਲਾਈਮੇਟ ਹੈ ਉਹ ਬੜੀ ਸਰਦੀਆਂ ਵਾਸਤੇ ਬਹੁਤ ਅੱਛੀ ਹੈ ਉਹ ਤੇ ਸਰਦੀ ਇਤਨੀ ਨਹੀਂ ਹੁੰਦੀ ਹੈ ਮਹਿਸੂਸ ਨਹੀਂ ਹੁੰਦੀ ਤੇ ਬਾਬਾ ਹਮੇਸ਼ਾ ਦੀਵਾਲੀ ਤੋਂ ਪਹਿਲੇ ਉਧਰ ਆਉਂਦੇ ਸੀ ਜੀ ਔਰ ਫਿਰ ਸ਼ਿਵਰਾਤਰੀ ਪੂਰੀ ਕਰਕੇ ਫਿਰ ਵਾਪਸ ਮਾਉਂਟ ਆਬੂ ਆਉਂਦੇ ਸੀ ਹਮ ਤੇ ਸਨ 59 ਚ ਪ੍ਰਕਾਸ਼ਮਣੀ ਦਾਦੀ ਉਹਨਾਂ ਦੇ ਨਾਲ ਪਟਨਾ ਰਹਿੰਦੇ ਸੀ ਜੀ ਪਟਨਾ ਚ ਕਿਲਾ ਹਾਊਸ ਤੇ ਉਹਨਾਂ ਦੇ ਨਾਲ ਚ ਬਾਬਾ ਨੇ ਦਾਦੀ ਜੀ ਪ੍ਰਕਾਸ਼ ਮਣੀ ਦਾਦੀ ਔਰ ਦੀਦੀ ਮਨਮੋहिनी ਉਹ ਦਿੱਲੀ ਰਹਿੰਦੇ ਸੀ ਹਮ ਤੇ ਉਹਨਾਂ ਨੂੰ ਖਾਸ ਬੁਲਾਇਆ ਨਿਮੰਤਰਣ ਦਿੱਤਾ ਜੀ ਕਿ ਤੁਸੀਂ ਆ ਕਰਕੇ ਇਸ ਸਾਲ ਦੀਵਾਲੀ ਬਾਪ ਦਾਦਾ ਦੇ ਨਾਲ ਮਨਾਓ ਮਨਾਓ ਤੇ ਪਟਨਾਛ ਜਿਹੜੇ ਨਿਮਿਤ ਸੀ ਸੇਵਾ ਵਾਸਤੇ ਉਹਨਾਂ ਦਾ ਨਾਮ ਸੀ ਜਲਾਨ ਬਾਬੂ ਜੀ ਉਹ ਕਿਲਾ ਹਾਊਸ ਉਹਨਾਂ ਦਾ ਬਹੁਤ ਵੱਡਾ ਗੰਗਾ ਦੇ ਕਿਨਾਰੇ ਹਮ ਪਹਿਲੇ ਇਸ ਦੀ ਤਰ੍ਹਾਂ ਬਣਿਆ ਹੋਇਆ ਤੇ ਉੱਥੇ ਹੀ ਸੈਂਟਰ ਚੱਲਦਾ ਸੀ ਜੀ ਤੇ ਜਲਾਨ ਬਾਬੂ ਵੀ ਆਏ ਔਰ ਦਾਦੀ ਪ੍ਰਕਾਸ਼ ਮਣੀ ਵੀ ਆਈ ਦੀਦੀ ਮਨਮੋहिनी ਵੀ ਆਈ ਹਮ ਔਰ ਦੀਵਾਲੀ ਦੇ ਦਿਨਾਂ 'ਚ ਉਹਨਾਂ ਦਾ ਆਪਣੇ ਜਲਾਨ ਬਾਬੂ ਜੀ ਦਾ ਜਨਮ ਦਿਨ ਸੀ ਅੱਛਾ ਤੇ 바બા ਚਾਹੁੰਦੇ ਸੀ ਕਿ 바બા ਦੇ ਕੋਲ ਆ ਕਰਕੇ ਉਹ ਆਪਣਾ ਜਨਮ ਦਿਨ ਮਨਾਉਂ ਹੂੰ 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 ਤੇ ਬਹੁਤ ਹੀ ਅਲੌਕਿਕ ਰੀਤ ਨਾਲ ਸੀ ਉਹ ਜਨਮ ਦਿਨ ਮਨਾਉਣ ਦਾ ਪਲਾਨ ਤੇ ਉਸ ਵੇਲੇ ਪ੍ਰਕਾਸ਼ ਮਣੀ ਦਾਦੀ ਬਾਬਾ ਕੋਲ ਆਏ ਹੋਏ ਸੀ ਅੱਛਾ ਔਰ ਬਾਬਾ ਨੇ ਉਹਨਾਂ ਨੂੰ ਪ੍ਰਕਾਸ਼ ਮਣੀ ਦਾਦੀ ਨੂੰ ਮਨਮਈਨੀ ਦੀਦੀ ਨੂੰ ਜਲਾਨ ਬਾਬੂ ਨੂੰ ਉਸ ਵੇਲੇ ਬੜੀ ਪਿਆਰ ਭਰੀ ਯੋਗ ਯੁਕਤ ਦ੍ਰਿਸ਼ਟੀ ਦਿੱਤੀ ਔਰ ਉਹਨਾਂ ਨੂੰ ਬਹੁਤ ਅਲੌਕਿਕ अनुभव ਹੋਇਆ ਉਸ ਵੇਲੇ اچھا ਔਰ ਬੜਾ ਜਿਸ ਤਰ੍ਹਾਂ ਕੋਈ ਫਰਿਸ਼ਤੇ ਬਣ ਜਾਣ ਹਮ ਇਹੋ ਜੀ ਸਥਿਤੀ ਹੋਣਾ ਦੀ ਸੀ ਅੱਛਾ ਬਾਈ ਚਾਂਸ ਮੈਂ ਬਾਬਾ ਦੀ ਸ਼੍ਰੀਮਤ ਦੇ ਅਨੁਸਾਰ ਬਾਹਰ ਕੋਈ ਕਾਰੋਬਾਰ ਵਾਸਤੇ ਗਿਆ ਸੀ ਹਮ ਤੇ ਮੈਂ ਬਾਹਰੋਂ ਆਇਆ ਜਦੋਂ ਤੇ ਉਸ ਵੇਲੇ ਪਹਿਲੀ ਯਾਰ ਦਾਦੀ ਪ੍ਰਕਾਸ਼ ਮਣੀ ਦੇ ਨਾਲ ਮਿਲਨ ਹੋਇਆ ਅੱਛਾ ਪ੍ਰਕਾਸ਼ ਮਣੀ ਦਾਦੀ ਬੜੀ ਰੋਹਾਨੀ ਨਸ਼ੇ ਚ ਜਿਹਨੂੰ ਕੀਏ ਬੋਲੇ ਪਿਆਰ ਨਾਲ ਮੈਨੂੰ ਦ੍ਰਿਸ਼ਟੀ ਦਿੱਤੀ ਉਹਨਾਂ ਨੇ ਔਰ ਉਸ ਵੇਲੇ ਮੈਨੂੰ ਇਹ ਮਹਿਸੂਸ ਹੋਇਆ कि ਜਿਸ ਤਰ੍ਹਾਂ ਉਹ ਮੇਰੀ ਵੱਡੀ ਭੈਣ ਹੋਏ 14-15 ਸਾਲ ਦੀ ਜੀ ਔਰ ਮੈਂ ਉਹਨਾਂ ਦਾ ਛੋਟਾ ਭਰਾ 7-8 ਸਾਲ ਦਾ ਇਹੋ ਜੀ ਮਹਿਸੂਸਤਾ ਹੋਈ ਸੀ ਹਮ ਉਹ ਦਾਦੀ ਪ੍ਰਕਾਸ਼ਮਣੀ ਨੇ ਆ ਕਰਕੇ ਆਸਤਾ ਆਸਤਾ ਮੇਰੇ ਹੱਥ ਫੜੇ ਦੋਨੋਂ ਉਸ ਵੇਲੇ ਮੈਨੂੰ ਐਸਾ-ਇਸਾ ਜਿਸ ਤਰ੍ਹਾਂ ਬੱਚਿਆਂ ਨੂੰ ਖਿਲਾਂਦੇ ਤੇ ਉਹ ਬੜੀ ਇੱਕ ਸ਼ੁਰੂਆਤ ਯੂਨਿਕ ਹੈਗੀ ਸੀ ਤੇ ਉਹ ਉਹਨਾਂ ਦਿਨਾਂ ਤੋਂ ਲੈ ਕਰਕੇ ਫਿਰ 1959 ਤੋਂ ਹਰ ਸਾਲ ਦਾਦੀ ਆਬੂ ਆਉਂਦੇ ਸੀ ਗਰਮੀਆਂ ਦੀ ਦਿਨਾਂ 'ਚ ਜੀ ਔਰ ਮੈਂ ਗਰਮੀਆਂ ਦੇ ਛੁੱਟੀਆਂ 'ਚ ਜੈਪੁਰ ਸੇਵਾ ਵਾਸਤੇ ਜਾਂਦਾ ਸੀ ਤੇ ਉਹ ਆਉਂਦੇ ਜਾਂਦੇ ਉੱਥੇ ਮਿਲਦੇ ਸੀ ਅੱਛਾ ਕਲਾਸ ਕਰਾਉਂਦੇ ਸੀ ਔਰ ਵੈਸੇ ਮਿਲਦੇ ਸੀ ਤੇ ਮੈਨੂੰ ਸ਼ੁਰੂ ਤੋਂ ਇਹ ਦਾਦੀ ਕੋਲੋਂ ਪ੍ਰਕਾਸ਼ਮਣੀ ਦਾਦੀ ਕੋਲੋਂ ਇਹ ਮਹਿਸੂਸ ਹੁੰਦਾ ਸੀ ਜਿਸ ਤਰ੍ਹਾਂ ਵੱਡੀ ਭੈਣ ਹੁੰਦੀ ਕੋਈ ਹਮ ਕਿਉਂਕਿ ਪੰਜਾਬ ਚ ਸਾਨੂੰ ਅਨੁਭਵ ਹੈਗਾ ਵੱਡੀ ਭੈਣ ਕਿਸ ਤਰ੍ਹਾਂ ਹਮ ਛੋਟੇ ਭਾਈਆਂ ਦਾ ਧਿਆਨ ਰੱਖਦੀ ਹਾਂਜੀ ਹਾਂਜੀ ਰਾਖੀ ਤੇ ਆ ਕੇ ਉਹ ਪਸ਼ਮੀਨੇ ਦੇ ਫੁੱਲਾਂ ਦੀ ਰਾਖੀ ਰਾਖੀ ਬੰਦੀ ਜੀ ਤੇ ਇਸ ਤਰ੍ਹਾਂ ਮਤਲਬ ਸ਼ੁਰੂਆਤ ਇਸ ਤਰ੍ਹਾਂ ਹੋਈ ਸੀ ਔਰ ਉਸ ਤੋਂ ਬਾਅਦ ਫਿਰ 1964 ਐਗਜ਼ਿਬੀਸ਼ਨ ਪਹਿਲੀ ਪਹਿਲੀ ਸਾਡੀ ਬਣੀ ਸੀ World Renoir Spiritual Exhibition ਬੰਬੇਜ ਅੱਛਾ ਤੇ ਉਹਦੇ ਵਾਸਤੇ 바ਵਾ ਨੇ ਖਾਸ ਦਾਦੀ ਪ੍ਰਕਾਸ਼ ਮਣੀ ਜਗਦੇਸ਼ ਭਾਈ ਦਿੱਲੀ ਤੋਂ ਹ ਹ ਉਹਨਾਂ ਨੂੰ ਖਾਸ ਨਿਮੰਤਰਣ ਦੇ ਕੇ ਭੇਜਿਆ ਸੀ ਅੱਛਾ ਕਿ ਤੁਸੀਂ ਜਾ ਕੇ ਮਦਦ ਕਰੋ ਬਾਂਬੇ ਚ ਰਮੇਸ਼ ਭਾਈ 우ષા ਬੈਨ ਹ ਸ਼ੀਲ ਦਾਦੀ ਨਿਰਮਲ ਸ਼ਾਂਤ ਦਾਦੀ ਔਰ ਪੁਸ਼ਪਸ਼ਾਂ ਦਾ ਦੀ ਰਤਨ ਮੈਨੀ ਦਾ ਦੀ ਜੀ ਮਾਈ ਸੈਲਫ ਅਹੀ ਮਤਲਬ ਆਪਸ ਵਿੱਚ ਮਿਲ ਕਰਕੇ ਕੁਝ ਪ੍ਰਦਰਸ਼ਨੀ ਕਿਹੋ ਜੀ ਹੋਣੀ ਚਾਹੀਦੀ ਹੈ ਉਹਦੇ ਚ ਕੀ ਕੀ ਟਾਪਿਕਸ ਲਈਏ ਅਸੀਂ ਤੇ ਇਟ ਵਾਸ ਬਿਗਨਿੰਗ ਸ਼ੁਰੂਆਤ ਸੀ ਉਸ ਵੇਲੇ ਜਗਦੀਸ਼ ਭਾਈ ਔਰ ਦਾਦੀ ਜੀ ਦੋਨੋਂ ਆਏ ਤੋਂ ਉਹਨਾਂ ਨੇ ਦੇਖਿਆ ਕਿ ਸਾਰੀ ਐਗਜ਼ੀਬਿਸ਼ਨ ज्ञानदेवा हिसाब ਨਾਲ ਬੜੀ ਅੱਛੀ ਬਣੀ ਹੈ। ਔਰ ਹਿਸਟਰੀ ਵੀ ਉਹਦੇ ਚ ਆ ਜਾਂਦੀ ਸੀ ਇੱਕ ਬਹੁਤ ਅੱਛਾ। ਉਹ ਕੀ ਕਹਿੰਦੇ ਨੂੰ ਸਾਡੇ ਕਵੀ ਜੀ ਆਗੇ ਆ ਦਿੱਲੀ ਤੋਂ ਕਵੀ ਦੇਵੀ ਸ਼ੰਜੀ। ਅੱਛਾ। ਤੇ ਉਹਨਾਂ ਨੇ ਇੱਕ ਬਹੁਤ ਵੱਡਾ ਇੱਕ ਬੱਚਿਆਂ ਵਾਸਤੇ ਜਿਸ ਤਰ੍ਹਾਂ ਹੁੰਦਾ ਨਾ ਸ਼ੋਅ ਉਹ ਤਿਆਰ ਕੀਤੇ ਸੀ ਕਵਿਤਾ ਦੇ ਰੂਪ ਚੋ ਗੀਤ ਵਗਾਉਂਦੇ ਸੀ ਤੇ ਉਹਦੇ ਚਿੱਤਰ ਖੁੱਲਦੇ ਜਾਂਦੇ ਸੀ ਕਲਪੂਰਿਕਸ਼ ਦੇ ਜਿਸ ਤਰ੍ਹਾਂ ਅੱਛਾ ਅੱਛਾ ਤੇ ਦਾਦੀ ਜੀ ਔਰ ਜਗਦੀਸ਼ ਭਾਈ ਨੇ ਦੇਖਿਆ ਕਿ ਬਾਕੀ ਸਭ ਕੁਝ ਹੈ ਮੈਡੀਟੇਸ਼ਨ ਦੇ ਚਿੱਤਰ ਨਹੀਂ ਹੈਗੇ ਯੋਗ ਸਹਿਜ ਰਾਜ ਯੋਗ ਕੀ ਹੈ ਉਹਦੀ ਵਿਧੀ ਕੀ ਹੈ ਉਹਦੀ ਪ੍ਰਾਪਤੀ ਕੀ ਹੈ ਉਹਦੇ ਬਾਰੇ ਚ ਕੁਝ ਮਤਲਬ ਚਿੱਤਰ ਬਣਾਉਣ ਦੀ ਲੋੜ ਹੈ ਤੇ ਉਹ ਪੰਜ ਚਿੱਤਰ ਉਹਨਾਂ ਨੇ ਬਣਵਾਏ ਸੀ ਆਖੇ ਹੂੰ ਜਿਹੜੇ ਅੱਜ ਦਿਨ ਤਾਈਂ ਉਹ ਸੇਵਾ ਕਰ ਰਹੇ ਨੇ ਅੱਛਾ ਤੇ ਫਿਰ 바ਬਾ ਨੇ ਸਹਾਰ ਬਾਬਾ ਨੇ ਬ੍ਰਹਮਾ ਬਾਬਾ ਨੇ ਜਦੋਂ ਐਗਜ਼ਿਬਿਸ਼ਨ ਦੀ ਜਿਹੜੀ ਸੇਵਾ ਹੋਈ ਉਹਦੇ ਬਾਰੇ ਚ ਸੁਣਿਆ ਕਿ ਬਹੁਤ ਅੱਛੀ ਸੇਵਾ ਹੋਈ ਬਾਂਬੇ ਚ ਕਿਉਂਕਿ ਉਹਨਾਂ ਦਿਨਾਂ ਚ ਜਿਹੜੇ ਗਵਰਨਰ ਸੀ ਉਹਨਾਂ ਨੇ ਉਦਘਾਟਨ ਕੀਤਾ ਸੀ ਉਹਦਾ ਤੇ ਉਤਸਵਬਾਤ ਕਈਆਂ ਨੇ ਕੋਰਸ ਕਰਨਾ ਸ਼ੁਰੂ ਕੀਤਾ ਸੀ ਤੇ 바ਵਾ ਨੇ प्रकाश मणि दादी ਨੂੰ ਕਿਆ ਕਿਆ ਥੋੜਾ ਟਾਈਮ ਤੁਸੀਂ ਬੰਬੇ ਚ ਰਹੋ ਅੱਛਾ ਤਾਂ ਕਿ ਜਿਹੜੀ ਐਗਜ਼ੀਬਿਸ਼ਨ ਹੋਈ ਇਹ ਤੋਂ ਬਾਅਦ ਜਿਹੜਾ ਨੇ ਲਾਭ ਲਈ ਉਹ ਹੋਰ ਅੱਛੀ ਤਰ੍ਹਾਂ ਲਾਭ ਲੈ ਸਕਣ ਔਰ ਫਿਰ दादी ਮਤਲਬ ਅਕਤੂਬਰ 64 ਤੋਂ ਸੈਪਟੰਬਰ ਯਾਕਤੂਬਰ ਹਾਂ ਸੈਪਟੰਬਰ 64 ਜੀ ਬੰਬੇ ਚ ਹੀ ਰਹੀ ਫਿਰ ਹਮਮ ਔਰ ਫਿਰ ਗਾਮਦੇਵੀ ਸੈਂਟਰ ਖੁੱਲਿਆ ਅੱਛਾ ਜਿਹਦੇ ਨਿਮਿਤ ਆਪਣੇ ਰਮੇਸ਼ ਭਾਈ ਅਨੀਲਾ ਬੈਨ ਉਹਨਾਂ ਦੀ ਵੱਡੀ ਸਿਸਟਰ ਸ਼ਾਂਤਾ ਮਾਤਾ ਉਹਨਾਂ ਦੀ ਮਦਰ 우ਸ਼ਾ ਬਾਬੀ ਉਹਨਾਂ ਦੀ ਲੋਕ ਇੱਕ ਜੋਗਲ ਹਮ ਲੇਕਿਨ ਦੋਨੋ ਬੜੇ ਆਪਣੇ ਨਿਯਮ ਅਨੁਸਾਰ ਗੰਦਰਵੀ ਵਿਆਹ ਜਿਸ ਤਰ੍ਹਾਂ ਹੁੰਦਾ ਹੈ ਜੀ ਪਵਿੱਤਰ ਜੀਵਨ ਸੀ ਤੇ ਉਸ ਵੇਲੇ ਫਿਰ ਰਮੇਸ਼ ਭਾਈ ਨੇ ਗਾਮ ਦੇਵੀ ਚ ਇੱਕ ਮਕਾਨ ਖਰੀਦਿਆ ਅੱਛਾ ਫਲੈਟ ਹਮ ਹਮ ਦਾਰੁਲ ਮੁਲਕ ਮਕਾਨ ਦਾ ਨਾਂ ਉਹਦੇ ਚ ਫਲੈਟ ਹੈ ਉਸ ਫਲੈਟ ਚ ਸੈਂਟਰ ਖੋਲਿਆ ਔਰ ਪ੍ਰਕਾਸ਼ ਮਣੀ ਦਾਦੀ ਜੀ ਔਰ ਉਹਨਾਂ ਦੇ ਨਾਲ ਦੋ ਛੋਟੀ ਸਿਸਟਰਸ ਉਹ ਸੈਂਟਰ ਵਾਸਤੇ ਉੱਥੇ ਰਹੀਆਂ ਅੱਛਾ ਤੇ ਮੈਂ ਆਪਣਾ ਜੌਬ ਛੱਡ ਕਰਕੇ ਨੇਵੀ ਨੇਵੀ ਤੋਂ ਨਿਵ੍ਰਿਤ ਹੋ ਕਰਕੇ ਹਮ ਸੰਤਰੇ ਸਰਚ ਪੂਰਾ ਈਸ਼ਵਰੀ ਸੇਵਾ ਚ ਲੱਗ ਗਿਆ ਸੀ ਤੇ ਬੰਬੇਸ਼ੀ ਬਾਬਾ ਨੇ ਰੱਖਿਆ ਸੀ ਅੱਛਾ ਤੇ ਉਹਨਾਂ ਦੇ ਨਾਲ ਚ ਫਿਰ ਮੈਂ ਸਵੇਰ ਦੇ ਟਾਈਮ ਕਲਾਸ ਵਾਸਤੇ ਗਾਮਦੇਵੀ ਸੈਂਟਰ ਤੇ ਆਉਂਦਾ ਸੀ ਅੱਛਾ ਔਰ ਫਿਰ ਕਲਾਸ ਤੋਂ ਬਾਅਦ ਸੇਵਾ ਕਰਕੇ ਬਾਅਦ ਕੋਈ ਨਾ ਕੋਈ ਪ੍ਰੋਜੈਕਟਸ ਹੁੰਦੇ ਸੀ ਯੱਗੇ ਦੇ ਉਹਦੇ ਵਾਸਤੇ ਕਦੀ ਆਰਟਿਸਟਾਂ ਵਾਸਤੇ ਜਾਣਾ ਕਦੀ ਅ ਪ੍ਰਿੰਟਿੰਗ ਜੌਬਸ ਸੀ ਕਦੀ ਕੋਈ ਹੋਰ ਖਰੀਦਾਰੀ ਉਹ ਕਰਕੇ ਫਿਰ ਮੈਂ ਆਉਂਦਾ ਸੀ ਗਾਮਦੇਵੀ ਸੈਂਟਰ ਦੁਪਹਿਰ ਨੂੰ ਅੱਛਾ ਅੱਛਾ ਤੇ ਇਹ ਬੜੀ ਤੁਹਾਨੂੰ ਆਸ਼ਚਰਜ ਵਾਲੀ ਗੱਲ ਮਿਲੇਗੀ ਪ੍ਰਕਾਸ਼ ਮਣੀ ਦਾਦੀ ਉਸ ਵੇਲੇ ਜਦੋਂ ਮੈਂ ਬੈਲ বাজਾਵਾਂਗਾ ਤੇ ਕਦੀ ਲੇਟ ਵੀ ਹੁੰਦਾ ਸੀ ਨਾਰਮਲੀ ਸੈਂਟਰ ਤੇ 1 ਵਜੇ ਤਾਈਂ ਖਾਣਾ ਪੀਣਾ ਖਾ ਲੈਂਦੇ ਨੇ ਪਰ ਮੈਂ ਕਦੀ 1:30 ਵਜ ਗਿਆ 2:00 ਵਜ ਗਿਆ तो उस वेले जी छोटी भैन थोड़ी रैस्ट कर दिया तो दादी प्रकाश बनी वो आ करके दरवाज़ा खोलती से और फिर मैं आके मुँह मूह तो करके बैठता जदों ती तो दादी मेरे वास्ते सब्जी सुबजी गर्म करे रोटी बनाए ਜੀ ਫਿਰ ਭੋਜਨ ਕਰਕੇ ਫਿਰ ਮੈਂ ਆਪਣਾ ਸਥਾਨ ਜਿੱਥੇ ਰਹਿੰਦਾ ਸੀ ਉੱਥੇ ਚੱਲ ਜਾਂਦਾ ਸੀ ਜੀ ਤੇ ਇਸ ਤਰ੍ਹਾਂ ਮਤਲਬ ਸ਼ੁਰੂਆਤ ਚ ਇਹ ਚੱਲਦਾ ਰਿਹਾ ਦਾਦੀ ਜੀ ਦੇ ਨਾਲ ਮਿਲਣਾ ਜੁਲਣਾ ਔਰ ਜਦੋਂ ਇਹ ਐਗਜ਼ਿਬਿਸ਼ਨ ਵਗੈਰਾ ਹੋਈ ਹੈ ਜਾਂ ਉਸ ਤੋਂ ਬਾਅਦ ਵੀ ਤੇ ਦੇਖਿਆ ਕਿ ਸਾਕਾਰ ਬਾਬਾ ਨੂੰ ਜੋ ਬੱਚੇ ਸਰਵਿਸੇਬਲ ਜਿਆਦਾ ਉਹਨਾਂ ਦੇ ਵਾਸਤੇ ਬਹੁਤ ਪਿਆਰ ਸੀ ਜੀ ਔਰ ਲਗਭਗ ਹਰ ਰੋਜ਼ ਆਪਣੇ ਹੱਥ ਨਾਲ ਬਾਬਾ ਲੈਟਰ ਲਿਖ ਕਰਕੇ ਪੋਸਟਸ ਪੇਜਦੇ ਔਰ ਫਿਰ ਉਹਦੇ ਰਿਟਰਨਸ ਹਰ ਰੋਜ਼ ਹਰ ਰੋਜ਼ ਪ੍ਰਕਾਸ਼ ਮਣੀ ਦਾਦੀ ਜਾਂ ਦੂਸਰੇ ਵੀ ਕੋਈ ਲਿਖਦੇ ਹੋਣਗੇ ਤੇ ਉਹ ਰੋਜ਼ ਦੀ ਰੋਜ਼ ਲੇਟ ਫੀ ਪੇਡ ਉਹ ਜਾ ਕਰਕੇ ਟ੍ਰੇਨ ਤੇ ਪੋਸਟ ਕਰਦੇ ਸੀ ਔਰ ਅਗਲੇ ਦਿਨ ਬਾਬਾ ਨੂੰ ਮਿਲ ਜਾਂਦਾ ਮਿਲ ਜਾਂਦਾ ਸੀ ਮਤਲਬ ਇਤਨਾ ਸਾਕਾਰ ਬਾਬਾ ਦਾ ਸਰਵਿਸੇਬਲ ਬੱਚੇ ਜਿਸ ਤਰ੍ਹਾਂ ਦਾਦੀ ਪ੍ਰਕਾਸ਼ ਮਣੀ ਆਪਣੇ ਰਮੇਸ਼ ਭਾਈ ਉਹ ਸਾਹਿਬ ਹਨ ਹੋਰ ਉਧਰ ਜਗਦੀਸ਼ ਭਾਈ ਜੀ ਗੁਲਜ਼ਾਰ ਦਾਦੀ ਦੀਦੀ ਮਨਮੋहिनी ਉਹ ਦਿੱਲੀ ਚ ਸੀ ਤੇ ਉਹਨਾਂ ਨੂੰ ਗੰਗੇ ਦਾਦੀ ਉਹ ਆਪਣੇ ਖਾਨਪੁਰ ਸੀ ਕਾਨਪੂਰ ਇਸੇ ਤਰ੍ਹਾਂ ਹੀ ਹੋਰ ਸੈਂਟਰਾਂ ਤੇ ਵੱਡੇ ਦਾਦੀਆਂ ਜਿਸ ਤਰ੍ਹਾਂ ਚੰਦਰਮਣੀ ਦਾਦੀ ਪੰਜਾਬ ਚ ਜੀ ਮਨੋਰ ਦਾਦੀ ਕਰਨਾਲ ਚ ਇਸ ਤਰ੍ਹਾਂ ਤੇ ਉਹਨਾਂ ਨੂੰ ਵੀ ਲੇਕਿਨ ਜ਼ਿਆਦਾ ਬੰਬੇ ਚ ਲੇਟਰਸ ਰੋਜ਼ ਬਾਬਾ ਦਾ ਉਹਨਾਂ ਦਾ ਜੀ ਜੀ ਤੇ ਇਹ ਉਹਨਾਂ ਦੀਆਂ ਦੀਆਂ ਗੱਲਾਂ ਇੱਥੇ ਦਾਦੀ ਪ੍ਰਕਾਸ਼ਮਣੀ ਦੇ ਨਾਲ ਯੱਗ ਦੀ ਸੇਵਾ ਦੇ ਕਾਰਨ ਰੋਜ਼ ਜਿਸ ਤਰ੍ਹਾਂ ਆਪਸ ਚ ਬੈਠਣਾ ਮਿਲਣਾ ਔਰ ਪਲਾਨਸ ਬਣਾਉਣੇ ਜੋ ਚਪਾਈ ਵਗੈਰਾ ਕਰਨੀ ਹੈ ਉਹਦੇ ਬਾਰੇ ਵਿੱਚ ਕਿਉਂਕਿ ਯੱਗੇ ਦੇ ਕੁਝ ਨਿਯਮ ਵੀ ਰੱਖਣੇ ਪੈਂਦੇ ਸੀ ਭਈ ਬਹੁਤ ਕਿਫਾਇਤ ਨਾਲ ਹਰ ਚੀਜ਼ ਹੋਣੀ ਚਾਹੀਦੀ ਹੈ ਇਕਦਮ ਪੈਸੇ ਫੈਂਕਣੇ ਨਹੀਂ ਹੈ ਅੱਛਾ ਤੇ ਇਹੋ ਜੀਆਂ ਗੱਲਾਂ ਸੀ ਤੇ ਦਾਦੀ ਜੀ ਦੀ ਸਭ ਤੋਂ ਵੱਡੀ ਗੱਲ ਇਹ ਕਿ ਬਾਬਾ ਦੇ ਮੁਰਲੀ ਜਿਹੜੀ ਉਹ ਜਿਸ ਤਰ੍ਹਾਂ ਸੁਣਾਉਂਦੇ ਸੀ ਉਹਦੇ ਚ ਜਿੰਨੀਆਂ ਜਿੰਨਾ ਸਪਸ਼ਟੀਕਰਨ ਜਾਂ ਜੋ ਵੀ ਹੈ ਬਿਲਕੁਲ ਇਤਨੀ ਕਲੈਰਿਟੀ ਉਹਦੇ ਚ ਇਤਨੀ ਕਲੈਰਿਟੀ ਇਤਨਾ ਸਭ ਨੂੰ ਅੱਛਾ ਲੱਗਦਾ ਸੀ ਔਰ ਕੋਈ ਵੀ ਗੱਲ ਹੈ ਦਾਦੀ ਨੂੰ ਪੁੱਛਾ ਦਾਦੀ ਨੂੰ ਜਵਾਬ ਦਿੱਤਾ ਨਿਸ਼ਚਿੰਤ ਹੋ ਕਰਕੇ ਆਪਣਾ ਮੌਜ ਚ ਰਹਿ ਹਮਮ ਔਰ ਦਾਦੀ ਜਿਸ ਸੈਂਟਰ ਤੇ ਰਹੀ ਸੀ ਉਸ ਸੈਂਟਰ ਤੇ ਸਾਰੇ ਬੰਬੇ ਤੋਂ ਭਾਈ ਭੈਣ ਆ ਜਾਂਦੇ ਸੀ ਜਗਾ ਛੋਟੀ ਸੀ ਤੇ ਲੇਕਿਨ ਆ ਜਾਂਦੇ ਸੀ ਔਰ ਫਿਰ ਬੜੀ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਦਾਦੀ ਜੋ ਵੀ ਕੋਈ ਕਿਸੇ ਵੀ ਸੈਂਟਰ ਤੋਂ ਆ ਜਾ ਬੜੇ ਪਿਆਰ ਨਾਲ ਉਹਨਾਂ ਨੂੰ ਵੈਲਕਮ ਕਰਨਾ ਔਰ ਪ੍ਰਸਾਦ ਖਿਲਾਉਣਾ ਜੋ ਕੋਈ ਗੱਲਬਾਤ ਪੁੱਛਣ ਬੜੇ ਪਿਆਰ ਨਾਲ ਉਹਨਾਂ ਨੂੰ ਜਵਾਬ ਦੇਣਾ ਔਰ ਸਾਰੇ ਬੰਬੇ ਦੇ ਜਿੰਨੇ ਸੈਂਟਰ ਸੀ ਉਸ ਵੇਲੇ ਹਰ ਸੈਂਟਰ ਦੀ ਵੱਡੀ ਭੈਣਾ ਉਹਨਾਂ ਦੀ ਕਮੇਟੀ ਬਣਾਈ ਫਿਰਦਾਦੀ ਨੇ ਅੱਛਾ ਸੇਵਾ ਵਾਸਤੇ ਹੂੰ ਉਹ ਕਮੇਟੀ ਦੇ ਕਾਰਨ ਮਹੀਨੇ 'ਚ ਮੇਰੇ ਖਿਆਲ ਅ ਹਰ ਮਹੀਨੇ ਮਹੀਨੇ 'ਚ ਦੋ ਵਾਰ ਮੀਟਿੰਗਸ ਹੁੰਦੀਆਂ ਸੀ ਸੇਵਾ ਵਾਸਤੇ ਅੱਛਾ ਅੱਛਾ ਔਰ ਬੜਾ ਹੀ ਅੱਛਾ ਲੱਗਦਾ ਸੀ ਉਹਦੇ 'ਚ ਐਤਵਾਰ ਦੇ ਦਿਨ ਹੁੰਦੀ ਸੀ ਹੂੰ ਹੂੰ ਮਤਲਬ ਇੱਕ ਸੇਵਾ ਨੂੰ ਈਸ਼ਵਰੀ ਸੇਵਾ ਨੂੰ ਅੱਗੇ ਵਧਾਉਣ ਵਾਸਤੇ ਦਾਦੀ ਪ੍ਰਕਾਸ਼ਮਣੀ ਜਿਸ ਤਰ੍ਹਾਂ ਨਿਮਿਤ ਬਣਦੀ ਸੀ ਔਰ ਫਿਰ ਕੋਈ ਵੀ ਉਈ ਨਈ ਗੱਲ ਕਰਨੀ ਹੈ ਨਿਆ ਕੋਈ ਪਲਾਨ ਬਣਾਇਆ ਹੈ ਉਹਦਾ ਅਗਰ ਫੈਸਲਾ ਕਰਨਾ ਹੈ ਤੇ ਦਾਦੀ ਪਹਿਲੇ ਸਭ ਦੀ ਰਾਏ ਪੁੱਛੇਗੀ ਅੱਛਾ ਸਭ ਨੂੰ ਸਾਥ ਲੈ ਕੇ ਚੱਲਣਾ ਵੱਡੇ ਹੋਣ ਦੇ ਵਾਸਤੇ ਵੀ ਉਹ ਛੋਟੇ ਤੇ ਰਾਏ ਸਭ ਦੀ ਰਾਏ ਲੈ ਕਰਕੇ ਔਰ ਫਿਰ ਫਾਈਨਲ ਆਪਸ ਚ ਕਰਨਗੇ ਜੋ ਸਭ ਨੂੰ ਮਨਜ਼ੂਰ ਹੁੰਦੀ ਸੀ ਖੁਸ਼ ਹੁੰਦੇ ਸੀ ਸਭ ਇਸ ਸੇਵਾ ਚ ਬਹੁਤ ਬੰਬੇ ਚ ਕਾਫੀ ਸਾਰੇ ਉਸ ਵੇਲੇ ਨਵੇਂ ਨਵੇਂ ਪ੍ਰੋਗਰਾਮ ਬਣੇ ਜਿਸ ਤਰ੍ਹਾਂ ਇਹ ਐਗਜ਼ੀਬਿਸ਼ਨ ਕਈ ਜਗ੍ਹਾ بڑے بڑے ਕੀ ਕਹਿੰਦੇ ਨੂੰ ਮੇਲੇ ਦੀ ਤਰ੍ਹਾਂ ਵੀ ਉਹਨਾਂ ਦੇ ਨਾਲ ਚ ਪੋਪਾ ਸੀ ਪੋਪ ਆਲ ਦੀ ਸਿਕਸth ਔਰ ਉਸ ਵੇਲੇ ਬਹੁਤ ਸਾਰੇ ਲੋਕ ਆਏ ਸੀ ਬਾਹਰੋਂ ਅੱਛਾ ਆਪਣੇ ਉਸ ਵਿੱਚ ਕਾਰਡੀਨਲ ਵੀ ਹੈਗੇ ਸੀ ਬਿਸ਼ਪ ਵੀ ਹੈਗੇ ਸੀ ਪਾਦਰੀ ਦੂਸਰੇ ਵੀ ਸੀ ਬਹੁਤ ਵੱਡਾ ਪ੍ਰੋਗਰਾਮ ਸੀ 3 ਲੱਖ ਦੇ ਕਰੀਬ ਉਹਨਾਂ ਦਿਨਾਂ 'ਚ ਪਾਪ ਪਾਪ ਦੇ ਆਉਣ ਤੇ ਇਕੱਠੇ ਹੋਏ ਸੀ ਲੋਕ ਤੋਂ ਉਸ ਵੇਲੇ ਪਾਪ ਦੀ ਵੀ ਸੇਵਾ ਵਾਸਤੇ ਦਾਦੀ ਪ੍ਰਕਾਸ਼ ਮਣੀ ਔਰ ਜਗਦੀਸ਼ભાઈ ਰameshભાઈ دوسرے ਆਪਣੇ ਸ਼ੀਲਿੰਦਰ ਆਦਿ वग़ैरह ਸਭ ਉਹਨਾਂ ਨੇ ਪਾਪ ਦੀ ਸੇਵਾ ਕੀਤੀ ਔਰ ਅਸੀਂ ਪਾਪ ਦੀ ਜਿਹੜੀ ਉਹ ਮਾਸ ਕਹਿੰਦੇ ਆ ਉਹਨੂੰ ਪ੍ਰਾਰਥਨਾ ਸਭਾ ਉਹਦੇ ਵਾਸਤੇ ਸਾਨੂੰ ਨਿਮੰਤਰਣ ਮਿਲੇ ਸੀ ਦਾ ਹੀ ਕਾ ਸੋ ਸਭਾ ਸਾਰੇ ਗਏ ਅੱਛਾ ਇਸ ਤਰ੍ਹਾਂ ਮਤਲਬ ਬਹੁਤ ساری ਈਸ਼ਵਰੀ ਸੇਵਾ ਦੇ ਪੁਆਇੰਟ ਆਫ 视图 ਪ੍ਰਕਾਸ਼ ਮਣੀ ਦਾਦੀ ਦਾ ਸਭ ਤੋਂ ਵੱਡਾ ਇੱਕ ਦੇਖਿਆ ਕਿ ਹਰ ਇੱਕ ਦੇ ਪ੍ਰਤੀ ਛੋਟੇ بڑے ਸਭ ਦੇ ਪ੍ਰਤੀ ਬੜਾ ਹੀ ਪਿਆਰ ਹੂੰ ਔਰ ਹਰ ਇੱਕ ਦੇ ਵਿਚਾਰਾਂ ਨੂੰ ਪੂਰਾ ਆਦਰ ਸਤ ਮਤਲਬ ਆਦਰ ਦੇਣਾ ਸਤਕਾਰ ਦੇਣਾ ਆਦਰ ਦੇਣਾ ਇਸ ਕਰਕੇ ਜਿਸ ਤਰ੍ਹਾਂ ਦਾਦੀ ਮੈਗਨੇਟ ਦੀ ਤਰ੍ਹਾਂ ਸਾਰਿਆਂ ਨੂੰ ਖਿੱਚਦੀ ਸੀ ਜੀ ਜੀ ਤੇ ਫਿਰ ਬਾਬਾ ਦੇ ਨ ਬਾਬਾ ਦੀ ਤਰਫੋਂ ਪੱਤਰ ਵਗੈਰਾ ਆਉਂਦੇ ਸੀ ਤੇ ਫਿਰ ਇੱਕ ਵੱਡੀ ਕਾਨਫਰੰਸ ਰੱਖੀ ਸੀ ਕਿਉਂਕਿ ਉਹਨਾਂ ਦੇ ਨਾਲ ਚ ਖਾਸ ਤੇ ਸੋਰਾਸ਼ਟਰ ਸਾਈਡ ਤੇ ਗੁਜਰਾਤ اور ਹੋਰ ਵੀ ਕਈ ਜਗ੍ਹਾ ਛੋਟੀ ਉਮਰ ਦੀਆਂ ਜਿਹੜੀਆਂ ਨਈ ਨਈ ਸ਼ਾਦੀ ਕੀਤੀ ਹੁੰਦੇ ਨਾ ਲੜਕਿਆਂ ਦੀ ਜੀ 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 ਉਹ ਮਤਲਬ ਆਪਣੇ ਨਏ ਅ ਕਰਜ ਸੈੱਟ ਨਹੀਂ ਹੋ ਪਉਂਦੀਆਂ ਸੀ ਹੂੰ ਹੂੰ ਤੇ ਸੁਸਾਈਸਾਈਡ ਕਰ ਲੈਂਦੀਆਂ ਸੀ ਆਤਮਗਾਤ ਤੇ ਉਹ ਬੜਾ ਇੱਕ ਚਿੰਤਾ ਦਾ ਵਿਸ਼ੇ ਸੀ ਉਸ ਵੇਲੇ ਤੇ ਉਹਨਾਂ ਦਿਨਾਂ 'ਚ ਫਿਰ ਇੱਕ ਬ੍ਰਹਮਾ ਕੁਮਾਰ ਜੀ ਦੀ ਤਰਫੋਂ ਅ ਬਹੁਤ ਵੱਡੀ ਕਾਨਫਰੰਸ ਰੱਖੀ ਸੀ ਸੋਸ਼ਲ ਵਰਕਰਸ ਨੂੰ ਖਾਸ ਉਹਦੇ 'ਚ ਨਿਮੰਤਰਣ ਦਿੱਤਾ ਸੀ ਤੇ ਉਹ ਕਾਨਫਰੰਸ ਚ ਬਹੁਤ ਕੋਈ ਮੇਰਾ ਖਲਾ 15 ਦੇ ਕਰੀਬ ਅਲੱਗ ਅਲੱਗ ਐਸੋਸੀਏਸ਼ਨਸ ਹੈਗੀਆਂ ਸੀ ਜਿਨ੍ਹਾਂ ਦੇ ਹੈਡਸ ਨੂੰ ਬੁਲਾਇਆ ਸੀ। ਔਰ ਉਹ ਉਹਦੇ ਚ ਦਾਦੀ ਪ੍ਰਕਾਸ਼ ਮਣੀ ਸ਼ੀ ਵਾਸ ਹੈਡ ਆਫ ਦੀ ਐਂਟਾਇਰ ਕਮੇਟੀ ਔਰ ਬਾਬਾ ਨੇ ਖਾਸ ਉਹਨਾਂ ਦੇ ਵਾਸਤੇ ਇੱਕ ਮੈਸੇਜ ਰਿਕਾਰਡ ਕਰਕੇ ਭੇਜਿਆ ਸੀ ਹਾਂ 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 ਤੇ ਉਹ ਮਤਲਬ ਇਸ ਤਰ੍ਹਾਂ ਬਾ ਦਾਦੀ ਦਾ ਜਿਹੜਾ ਰੋਲ ਸੀ ਉਹ ਇੱਕ ਲੀਡਰ ਦਾ ਰੋਲ ਹੈਗਾ ਸੀ ਜੀ ਬਿਲਕੁਲ ਔਰ ਫਿਰ ਨਾ ਸਿਰਫ ਬੰਬੇਚ ਕਿਉਂਕਿ ਫਿਰ ਜਦੋਂ ਬਾਬਾ ਵਿਅਕਤ ਹੋਏ उस वे माउंट माउंट ही है बाबा ने दादी हाथ-छात दे करके और जिस तरह पासिंग ऑन द बैटन जिसको कहते हैं जिम्मेदारी यज्ञ की उनके ऊपर तो उस बाबा ने अपने हाथ ची दरीर छठे बैठे बैठे और वो मतलब अठारह जनवरी उन्नीस सौ उणत् तो उस समय तो लैके दादी फिर यज्ञ बागडोर सारी उन्होंने संभाली ਔਰ ਉਹਨਾਂ ਦੇ ਕਾਰਕਾਲ ਦੇ ਦਰਮਿਆਨ ਸੇਵਾ ਬਹੁਤ ਹੋਈ। ਹੂੰ ਵੱਡੇ-ਵੱਡੇ ਪ੍ਰੋਗਰਾਮ ਵੀ ਬਹੁਤ ਹੋਏ। ਔਰ ਬਿਨ-ਬਿਨ ਵਰਗਾਂ ਦੀ ਬਿਨ-ਬਿਨ ਹੂੰ ਐਸੋਸੀਏਸ਼ਨਸ ਦੀ ਬਹੁਤ ਸੇਵਾ ਹੈ। ਜੀ। ਮਤਲਬ ਇੱਕ ਇੰਸਟੀਚਿਊਸ਼ਨ ਨੂੰ ਇੰਟਰਨੈਸ਼ਨਲ ਲੈਵਲ ਦੀ ਕਈ ਇਹ ਕਹੇ ਵੀ ਖਿਆਤੀ ਉਹ ਸਵਰੂਪ ਉਸ ਉਹਨਾਂ ਦੇ ਹੁੰਦਿਆ ਹੋਇਆ ਕਿਉਂਕਿ ਸਨ 1969 ਤੋਂ ਜਨਵਰੀ ਤੋਂ 2007 ਤਾਈਂ ਜੀ ਉਹਨਾਂ ਨੇ ਹੈੱਡ ਆਫ ਦੀ ਇੰਸਟੀਟਿਊਸ਼ਨ ਦੇ ਨਾਤੇ ਸੇਵਾ ਦਿੱਤੀ ਜੀ ਬਾਈ ਤੇ ਦਾਦੀ ਦੀ ਅ ਪਰਸਨੈਲਿਟੀ ਇਹੋ ਜਿਹੀ ਸੀ ਵੱਡੇ ਹੋਣ ਯੰਗ ਹੋਣ ਬੱਚੇ ਹੋਣ ਸਭ ਦੇ ਨਾਲ ਇਹੋ ਜਿਹਾ ਉਹਨਾਂ ਦਾ ਇੱਕ ਨੇਚਰਲ ਨਿਸਵਾਰਥ ਭਾਵ ਦਾ ਪਿਆਰ ਜਿਹੜਾ ਸੀ ਉਹਦੇ ਕਰਕੇ ਹਰ ਕੋਈ ਦਾਦੀ ਨੂੰ ਹਮੇਸ਼ਾ ਸੋਚੇਗਾ ਮੇਰੀ ਦਾਦੀ ਯੱਗ ਦੀ ਜਿਹੜੀ 150 ਸੈਂਟਰ ਸੀ ਜਦੋਂ 바ਬਾ ਅਵਿਅਕਤ ਹੋਏ ਔਰ ਜਦੋਂ ਦਾਦੀ ਅਵਿਅਕਤ ਹੋਈ ਉਹ 150 ਮਤਲਬ ਉਹ ਇੰਡੀਆ ਭਾਰਤ ਸੀ ਸੀ ਬਾਰ ਦੋ ਜਗ੍ਹਾ ਸਿਰਫ ਮੁਰਲੀ ਜਾਂਦੀ ਸੀ ਲੰਡਨ ਔਰ ਇੱਕ ਕੰਬੋਡੀਆ ਲੇਕਿਨ ਜਦੋਂ ਦਾਦੀ ਆ ਵਿਅਕਤ ਹੋਈ ਤੇ 100 ਤੋਂ ਜ਼ਿਆਦਾ ਦੇਸ਼ਾਂ ਚ ਸੈਂਟਰ ਖੁੱਲ ਚੁਕੇ ਸੀ ਇਨ 올 ਦਾ 5 ਕੰਟੀਨੈਂਟਸ ਔਰ ਦਾਦੀ ਖੁਦ ਸਾਰੇ ਹਿੰਦੁਸਤਾਨ ਚ ਚੱਕਰ ਲਗਾਇਆ اور ਮੈਂ ਸਮਝਦਾ ਹਾਂ ਘੱਟ ਤੋਂ ਘੱਟ ਵੀ ਤਿੰਨ ਵਾਰ ਵਿਦੇਸ਼ਾਂ 'ਚ ਵੀ ਹਰ ਇੱਕ ਤਰਫ ਚੱਕਰ ਲਗਾਇਆ ਉਹਨਾਂ ਨੇ। ਔਰ ਜਦੋਂ ਉਧਰ ਗਏ ਕੋਈ ਨਾ ਕੋਈ ਨਏ ਕੋਈ ਨਾ ਕੋਈ ਨਏ ਔਰ ਵਰਗੀਕਰਨ ਦੇ ਹਿਸਾਬ ਨਾਲ ਬਹੁਤ ਅੱਛੇ ਅੱਛੇ ਲੋਗਾਂ ਦੀ ਸੇਵਾ ਹੁੰਦੀ ਸੀ ਸੇਵਾ 'ਚ ਆਪਣੇ ਭਾਰਤ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਇਹੋ ਜਿਹੇ ਵੀ ਸਭ ਵੀਆਈਪੀਜ਼ ਆਏ ਗਿਆਨੀ ਜੀ ਆਏ ਸੀ ਗਿਆਨੀ ਜ਼ੈਲ ਸਿੰਘ ਜੀ ਉਹ ਕਾਸ ਦਾਦੀ ਜੀ ਦੇ ਟਾਈਮ 1985 ਚ ਆਏ ਸੀ ਮਾਊਂਟ ਆਬ ਉਸ ਟਾਈਮ ਤੇ ਮੇਰਾ ਜਨਮ ਵੀ ਨਹੀਂ ਹੋਇਆ ਤਾਂ ਬਾਜੀ ਨਹੀਂ ਹੋਣ ਗਿਆ ਪਿਛਲੇ ਜਨਮ ਚ ਔਰ ਫਿਰ ਮਤਲਬ ਬਹੁਤ ਹੀ ਦਾਦੀ ਦਾ ਵਿਅਕਤੀਤਵ ਹੈ ਉਹ ਜੀ ਸੀ ਪਰਸਨੈਲਿਟੀ ਆਉ ਜੀ ਸੀ ਕਿਸ ਹਰ ਇੱਕ ਨੂੰ ਵਿਦੀਨ નો ਟਾਈਮ ਆਪਣੇਪਣ ਦੀ ਬਾਸਣਾ ਆਉਂਦੀ ਸੀ ਇਸ ਕਰਕੇ ਇਹੀ ਕਹਾਂਗੇ ਕਿ ਦਾਦੀ ਵਿਸ਼ਵ ਦੀ ਦਾਦੀ ਪ੍ਰੈਕਟੀਕਲੀ assim de que